ਅੱਜ ਜਿਹੜਾ ਟੋਟਕਾ ਤੁਹਾਨੂੰ ਅਸੀਂ ਦੇਣ ਲੱਗੇ ਆ ਉਹ ਜੀ ਸ਼ੂਗਰ ਵਾਲੇ ਮਰੀਜ਼ਾਂ ਵਾਸਤੇ ਟੋਟਕਾ ਹੈ ਅੱਜ ਦਾ। ਹਾਂਜੀ ਕਿ ਕੁਝ ਲੋਕੀ ਕਹਿੰਦੇ ਨੇ ਕਿ ਜਿਹੜੇ ਬੰਦੇ ਨੂੰ ਸ਼ੂਗਰ ਹੋ ਜਾਂਦੀ ਹੈ ਨਾ ਫਿਰ ਉਹਦਾ ਜ਼ਖਮ ਜਿਹੜਾ ਜਲਦੀ ਨਹੀਂ ਛੁੱਟਦਾ, ਤੇ ਗੱਲ ਵੀ ਜਿਹੜੀ ਠੀਕ ਹੈ। ਹਾਂਜੀ ਤੇ ਤੁਹਾਨੂੰ ਜਿਹੜਾ ਅਸੀਂ ਟੋਟਕਾ ਦੇਣ ਲੱਗੇ ਆ ਨਾ, ਚਾਹੇ ਉਹ ਕਿੰਨਾ ਵੀ ਜ਼ਖਮ ਹੋਇਆ ਸ਼ੂਗਰ ਵਾਲੇ ਬੰਦੇ ਨੂੰ ਤੇ ਨਹੀਂ ਵੀ ਜਾਨ ਛੁੱਟਦੀ, ਉਹ ਤੋਂ ਸਿਰਫ 5 ਦਿਨ ਦੇ ਅੰਦਰ ਜਿਹੜਾ ਨਾ ਇਨਸ਼ਾਅੱਲਾ ਤਾਲਾ ਵੇਖਣਾ ਕਿ ਉਹਦਾ ਜ਼ਖਮ ਜਿਹੜਾ ਛੁੱਟ ਜਾਏਗਾ, ਐਸਾ ਟੋਟਕਾ ਤੁਹਾਨੂੰ ਅਸੀਂ ਦੇਣ ਲੱਗੇ ਆ। ਉਸ ਤੋਂ ਪਹਿਲੇ ਅਗਰ ਸਾਡੇ ਚੈਨਲ ਵੇਖੋ ਪੰਜਾਬ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਕੇ ਮੁਹੱਬਤਾਂ ਦਵੋ। ਲਓ ਜੀ ਤੁਸੀਂ ਜਿਹੜਾ ਨਾ ਦੋ ਚੀਜ਼ਾਂ ਲੈਣੀਆਂ ਨੇ, ਖਾਲਸ ਸ਼ਹਿਦ ਹੋਏ ਚਾਹੇ ਕੋਈ ਵੀ ਹੋਏ, ਖਾਲਸ ਸ਼ਹਿਦ ਤੇ ਜ਼ੈਤੂਨ ਦਾ ਤੇਲ, ਦੋਨੋਂ ਚੀਜ਼ਾਂ ਨੂੰ ਜਿਹੜਾ ਨਾ ਹਮ ਵਜ਼ਨ ਤੁਸੀਂ ਮਿਕਸ ਕਰ ਲੈਣਾ। ਮਿਕਸ ਕਰਨ ਤੋਂ ਬਾਅਦ ਨਾ ਜਿਹੜਾ ਜਿਹੜਾ ਵੀ ਜ਼ਖਮ ਹੋਇਆ ਹੈ ਨਾ ਇਹ ਸ਼ੂਗਰ ਵਾਲੇ ਬੰਦੇ ਨੂੰ, ਉਹ ਜ਼ਖਮ ਦੇ ਉੱਤੇ ਤੁਸੀਂ ਲਾਓ। 5 ਦਿਨ ਤੱਕ ਤੁਸੀਂ ਲਾਓਗੇ, 5ਵੇਂ ਦਿਨ ਨੂੰ ਵੇਖਣਾ ਇਨਸ਼ਾਅੱਲਾ ਤਾਲਾ ਉਹ ਜ਼ਖਮ ਜਿਹੜਾ ਨਾ ਛੁੱਟ ਜਾਏਗਾ। ਬਹੁਤ ਇੱਕ ਆਸਾਨ ਤੇ ਮੁਜਰਬ ਨੁਸਖਾ ਜਿਹੜਾ ਤੁਹਾਨੂੰ ਦਿੱਤਾ ਹੈ, ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੇ ਲੋਕੀ ਪਰੇਸ਼ਾਨ ਨੇ ਜ਼ਖਮ ਦੀ ਵਜ੍ਹਾ ਤੋਂ, ਸ਼ੂਗਰ ਵਾਲੇ ਹਜ਼ਰਾਤ, ਉਹਨਾਂ ਨੂੰ ਫਾਇਦਾ ਹੋਏ। ਠੀਕ ਹੈ ਜੀ, ਜੇ ਦਿਲ ਮੰਨੇ ਤੇ ਸ਼ੇਅਰ ਜ਼ਰੂਰ ਕਰਨਾ ਤੇ ਲੋਕਾਂ ਦੇ ਭਲੇ ਵਾਸਤੇ।